ਅਸਲਾਮ ਵਾਲੇਕਮ ਜੀ ਅੱਜ ਅਸੀਂ ਚੱਕ ਨੰਬਰ 158 ਖੱਖਾਂ ਦੇ ਮੇਨ ਚੌਕ ਦੇ ਵਿੱਚ ਖੜੇ ਆ ਟੈਂਕੀ ਵਾਲਾ ਚੌਕ ਵੀ ਇਹਨੂੰ ਕਹਿੰਦੇ ਆ ਸਾਡੇ ਆਪਣੇ ਪਿੰਡ ਦਾ ਤੇ ਕੁਦਰਤੀ ਤੌਰ ਤੇ ਸਾਡੇ ਨਾਲ ਅੱਜ ਸਾਡੇ ਉਸਤਾਦ ਕਾਦਰ ਮੰਝੇ ਹੋਏ ਸਾਡੇ ਉਸਤਾਦ ਜੀ ਮੰਨੇ ਦਿੰਨੇ ਤੇ ਨਾਲ ਸ਼ਬਾਜ਼ 사ਉਦੀ ਅਰਬ ਤੋਂ ਤੇ ਆਹ ਸ਼ਬਾਜ਼ ਬਿਲਡਿੰਗ ਵਾਲਾ ਜਿਹਨੇ ਪੂਰੇ ਇਲਾਕੇ ਨੂੰ ਵਕਤ ਪਾਹਾ ਤੇ ਅੱਜ ਕਰਿਆਨੇ ਸਟੋਰ ਤੇ ਭਾਈ ਦੀਨ ਮੁਹੰਮਦ ਕਰਿਆਨਾ ਸਟੋਰ ਆ ਇਹ ਜਿੱਥੇ ਅਸੀਂ ਖੜੇ ਆ ਤੇ ਨਾਲੇ ਹੈਗਾ ਜੀ ਪਕੌੜਾ ਸੈਂਟਰ ਮੌਲਵੀ ਗੋਜਰੇ ਵਾਲੇ ਦੇ ਤੇ ਮੰਦ ਦੀ ਬਰਫੀ ਗੋਜਰੇ ਦੀ ਪੂਰੀ ਮਸ਼ਹੂਰ ਆ ਤੇ ਉਤੋਂ ਬਾਅਦ ਇਹਨਾਂ ਪਕੌੜਿਆਂ ਦਾ ਪੂਰਾ ਨਾਮ ਆ ਐਸ ਇਲਾਕੇ ਦੇ ਵਿੱਚ ਬਾਹਰਲੇਆਂ ਪਿੰਡਾਂ ਦੇ ਲੋਕ ਵੀ ਪਕੌੜੇ ਲੈਣ ਆਉਂਦੇ ਆ ਤੇ ਆਲੇ ਦੁਆਲੇ ਜਣੀਆ ਨਿਗਾਹ ਮਾਰੋ ਜੀ ਇਹਨੂੰ ਮੋਟਰਸਾਈਕਲ ਆ ਆਵਾਮੀ ਰਸ਼ ਦੇਖੋ ਇਹ ਸਾਰੇ ਲੋਕ ਪਕੌੜੇ ਖਰੀਦਣ ਵਾਸਤੇ ਤੇ ਖੜੇ ਆ ਵਾਰੀ ਨਹੀਂ ਲੱਭੇ ਹੁਣ ਤੁਹਾਨੂੰ ਪਕੌੜੇ ਵੀ ਦਿਖਾਉਨੇ ਆ ਨਾਲ ਤੁਹਾਨੂੰ ਇਹ ਵੀ ਗੱਲ ਦੱਸ ਦਿਆਂ ਵੀ ਇਹ ਜਿਹੜਾ ਦੁਕਾਨ ਆ ਇਹਨਾਂ ਦੇ ਨਾਲ ਸਾਡਾ ਕੋਈ ਅੱਜ ਦਾ ਤਲਕ ਨਹੀਂ ਬਾਪ ਦਾਦੇ ਤੋਂ ਤਲਕ ਆ ਪਹਿਲਾਂ ਬਾਬੇਦੀਨ ਮੁਹੰਮਦ ਦੇ ਨਾਲ ਸਾਡੇਆਂ ਬਜ਼ੁਰਗਾਂ ਦਾ ਤਲਕ ਸੀ ਗਾਂ ਫੇ ਮੁਹੰਮਦ ਹੰਦੀਫ ਕਾਦਰ ਹਰਾਕ ਤੋਂ ਉਹ ਸਾਡੇ ਵੀਰੇ ਆ ਤੇ ਉਹਨਾਂ ਨੇ ਫਰਮਾਇਸ਼ ਸਾਨੂੰ ਕੀਤੀ ਸੀਗੀ ਤੇ ਹੁਣ ਅਸੀਂ ਅੱਜ ਇਹਨਾਂ ਦੀ ਦੁਕਾਨ ਦੇ ਤੁਹਾਨੂੰ ਸਮੋਸੇ ਵੀ ਦਿਖਾਉਨੇ ਆ ਪਕੌੜੇ ਵੀ ਦਿਖਾਉਨੇ ਆ ਭਾਈ ਇਹ ਨਿਹਤ ਹੀ ਸਹੀ ਇੱਕ ਨੰਬਰ ਸਮੋਸਾ ਪਕੌੜਾ ਬਣਾਉਂਦੇ ਆ ਤੇ ਇੱਕ ਵਾਰੀ ਖਾ ਕੇ ਚੈੱਕ ਕਰੋ ਦੇਖੋ ਬਿਲਕੁਲ ਜਾਇਜ਼ ਰੇਟ ਨਾਲ ਇਹ ਬੰਦੇ ਦਿੰਦੇ ਆ ਐਸ ਲਾਗੇ 30 ਰੁਪਏ ਦਾ ਸਮੋਸਾ ਤੁਹਾਨੂੰ ਪੂਰੇ ਪਾਕਿਸਤਾਨ ਚ ਨਹੀਂ ਮਿਲੂਗਾ ਇਹਨਾਂ ਦੇੋਂ ਮਿਲੂਗਾ ਟਿੱਕੀ 10 ਰੁਪਈਆ ਦੀ ਬੰਦੇ ਦੀ ਵੱਖੀ ਚੜ ਜਾਂਦੀ ਹੈ ਟਿੱਕੀ ਚੁੱਕਦੇ ਆ ਪੂਰੀ ਭਾਰੀ ਆ ਤੇ ਇਨਸ਼ਾਅੱਲਾ ਆਜੋ ਤੁਹਾਨੂੰ ਚੱਕਰ ਲਵਾਈਏ ਤੇ ਚੈੱਕ ਕਰਾ ਜੀ ਮੈਨੂੰ 11 ਸਾਲ ਹੋ ਗਿਆ 사우ਦੀ ਅਰਬ ਪੂਰੇ 사우ਦੀਆ ਦੇ ਪਕੌੜੇ ਜਿੰਨੇ ਜਿੰਨੇ ਤੀਫਾ ਦੇ ਪਕੌੜੇ ਮਸ਼ਹੂਰ ਆ ਬਹੁਤ ਜ਼ਿਆਦਾ ਜ਼ਾਇਕਾ ਉਹਨਾਂ ਦਾ ਬੜੇ ਬਹੁਤ ਮਸ਼ਹੂਰ ਆ ਪਿੰਡੋਂ ਇਹ ਸਾਡਾ ਭਾਈ ਸ਼ਬਾਜ਼ ਭਾਈ ਜਿਹੜਾ ਮੈਨੂੰ 사우ਦੀ ਅਰਬ ਤੋਂ ਆਇਆ ਉੱਧਰ ਵੀ ਸਾਨੂੰ ਪਿਆਰ ਕਰਦਾ ਇਹ ਇੱਥੇ ਪਿੰਡ ਵੀ ਪਿਆਰ ਕਰਦਾ ਸਾਡੇ ਮਹੱਲੇਦਾਰ ਵੀ ਆ ਤੇ 사우ਦੀ ਅਰਬ ਤੋਂ ਮਾਸ਼ੱਲਾ ਆ ਇਹਨਾਂ ਦਾ ਇੱਕ ਮੁੰਡਾ ਜੀ ਆ ਦੁਕਾਨ ਵਾਲਿਆਂ ਦਾ ਇਹਦਾ ਨਾਂ ਕੀ ਚਿਗਮ ਅੱਛਾ ਪੱਪੂ ਚੀਰਾ ਤੇ ਇਹ ਸਾਡੇ ਉਸਤਾਦ ਕਾਦਰ ਅੱਜਕੱਲ ਡਿਊਟੀ ਕਿੱਥੇ ਉਸਤਾਦ ਜੀ ਸਲਾਮਾਬਾਦ ਸਲਾਮਾਬਾਦ ਜੀ ਇਹਨਾਂ ਤੋਂ ਅਸੀਂ ਇਹ ਗੱਲਾਂ ਸਿੱਖੀਆਂ ਭਾਈ ਅਸਲ ਉਸਤਾਦ ਸਾਡੇ ਇਹ ਆ ਆ ਰੌਣਕ ਮੇਲਾ ਜਿਹੜਾ ਅਸੀਂ ਲਾਉਂਦੇ ਨਾ ਇਹਨਾਂ ਦੀ ਵਜ੍ਹਾ ਤੋਂ ਲਾ ਰਹੇ ਹਾਂ ਤੇ ਹੁਣ ਤੁਹਾਨੂੰ ਪਕੌੜਿਆਂ ਦਾ ਰਿਵਿਊ ਕਰਾਉਨੇ ਆ ਜੀ ਆ ਜਾਓ ਨਾਲੇ ਸਮੋਸੇ ਦਿਖਾਉਨੇ ਆ ਆਇਆ ਵਾਹ ਵੇ ਵਾਹ ਲੈ ਵੇ ਭਾਈ ਜਿੰਨੀ ਤਾਰੀਫ ਕੀਤੀ ਸੀ ਉਹਨਾਂ ਹੀ ਲੇਟ ਮਿਲੇ ਆ ਪਰ ਮਾਸ਼ਾਅੱਲਾ ਕੀ ਬਾਤ ਆ ਜੀ ਸਮੋਸਿਆਂ ਦੀ ਤੇ ਆ ਭਤੀਜਾ ਸਾਡਾ ਭਾਈ ਅਲੀ ਹਸਨ ਤੇ ਉਧਰ ਸਾਡੇ ਦੋ ਯਾਰ ਹਨ ਨੀਫਾ ਤੇ ਕਾਦਰ ਉਥੇ ਭਾਈ ਇੱਥੇ ਭਾਈ ਲਤੀਫ ਆ ਕੀ ਬਾਤ ਆ ਜੀ ਬਹੁਤ ਸੋਹਣਾ ਮਾਸ਼ਾਅੱੱਲਾ ਤੁਸੀਂ ਵੀ ਆਓ ਚੈੱਕ ਕਰੋ ਭਾਈ ਦੇਖੋ ਜਿੱਥੇ ਜਿੱਥੇ ਤੱਕ ਸਾਡੀ ਆਵਾਜ਼ ਆਂਦੀ ਆ ਸਮੋਸਾ ਸੈਂਟਰ ਨੂੰ ਆਣ ਕੇ ਸਮੋਸੇ ਖਾ ਕੇ ਦੇਖੋ ਤੁਹਾਡੀ ਰੂਹ ਰਾਜੀ ਹੋਊ ਇਨਸ਼ਾਅੱਲਾ ਅੱਲਾ ਖੈਰ ਕਰੇ ਮਿਹਰਬਾਨੀ ਸ਼ੁਕਰੀਆ ਜੀ